ਇਸ ਵਾਰ ਅਸੀਂ 40 ਏਕੜ ਉੱਪਰ ਅਵਕੀਰਾ ਦਾ ਛਿੜਕਾਅ ਕੀਤਾ, ਜਿਸ ਦਾ ਰਿਜ਼ਲਟ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ। ਕਟਾਈ ਅਜੇ ਚੱਲ ਰਹੀ ਆ, ਹੁਣ ਆਪਣੀ ਆ ਟਰਾਲੀ ਭਰੀ ਖੜੀ ਹੈ। ਮੈਂ ਅੰਦਾਜ਼ੇ ਨਾਲ ਕਹਿ ਸਕਦਾ ਵੀ ਇਸ ਵਾਰ ਪਿਛਲੇ ਸਾਲ ਨਾਲੋਂ 2 ਜਾਂ 3 ਕੁਇੰਟਲ ਦਾ ਝਾੜ ਸਾਨੂੰ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਸਾਨੂੰ ਦੇਖ ਕੇ ਸਾਡੇ ਪਿੰਡ ਵਾਲਿਆਂ ਨੇ ਇਹ ਟ੍ਰਾਇਲ ਲਾਏ ਅਤੇ ਇਸ ਵਾਰ ਘੱਟੋ ਘੱਟ ਸਾਡੇ ਪਿੰਡ ਵਿੱਚ ਅਵਕੀਰਾ ਕੰਪਨੀ ਦਾ ਛਿੜਕਾਓ ਮੈਂ ਵੀ ਕਹਿ ਸਕਦਾ 160 ਤੋਂ 70 ਕਿੱਲੇ ਦੇ ਵਿੱਚ ਕਰਵਾਇਆ ਪਿੰਡ ਵਾਲਿਆਂ ਨੇ। ਵੀ ਇਸ ਦੀ ਸਪਰੇਅ ਕਰਨ ਤੋਂ ਬਾਅਦ ਸਾਨੂੰ ਇੱਕ ਵਾਰ ਵੀ ਖੇਤ ਵਿੱਚ ਮੁੜ ਕੇ ਦੇਖਣ ਦੀ ਲੋੜ ਨਹੀਂ ਪਈ। ਇੱਦਾਂ ਮਹਿਸੂਸ ਹੋ ਰਿਹਾ ਕਿ ਸਾਰੇ ਕਿਸਾਨ ਭਰਾਵਾਂ ਨੂੰ ਅਵਕੀਰਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਗੱਲ ਕੀਤੀ ਸੀ ਕਿ ਆਪਣੇ 40 ਏਕੜ ਦੀ ਕਟਾਈ ਹੋ ਰਹੀ ਹੈ ਅਤੇ ਉਸ ਵਿੱਚੋਂ ਕੁਝ ਕੁ ਟਰਾਲੀਆਂ ਆਪਾਂ ਮੰਡੀ ਦੇ ਵਿੱਚ ਲੈ ਕੇ ਗਏ ਹਾਂ ਅਤੇ ਮੰਡੀ ਦੇ ਵਿੱਚ ਤੁਲਾਈ ਤੋਂ ਬਾਅਦ ਜਿਹੜੀ ਗੱਲ ਮੈਂ ਕਹੀ ਸੀ ਕਿ ਆਪਾਂ ਨੂੰ ਦੇਖਣ ਤੋਂ ਹੀ ਲੱਗ ਰਿਹਾ ਕਿ ਇਸ ਵਾਰ ਝਾੜ ਥੋੜ੍ਹਾ ਪਿੱਛੇ ਤੋਂ ਜ਼ਿਆਦਾ ਹੈ ਅਤੇ ਪਰ ਤੁਲਾਈ ਤੋਂ ਬਾਅਦ ਸੱਚਮੁੱਚ ਉਹੀ ਗੱਲ ਸਾਬਤ ਹੋਈ ਕਿ ਆਪਣਾ ਪਿਛਲੇ ਸਾਲ ਨਾਲੋਂ ਪਰ ਏਕੜ 2 ਤੋਂ 2.5 ਕੁਇੰਟਲ ਫਰਕ ਪਿਆ ਜੀ। ਅਤੇ ਅਵਕੀਰਾ ਸੱਚਮੁੱਚ ਇੱਕ ਇਹੋ ਜਿਹੀ ਦਵਾਈ ਹੈ ਜਿਸ ਨੂੰ ਦੇ ਛਿੜਕਾਅ ਨਾਲ ਆਪਾਂ ਨੂੰ ਖੇਤ ਵਿੱਚ ਵਾਰ ਵਾਰ ਵੜਨ ਦੀ ਲੋੜ ਨਹੀਂ ਪੈਂਦੀ। ਇੱਕ ਵਾਰ ਸਪਰੇਅ ਕਰਕੇ ਆਪਾਂ ਕਟਾਈ ਤੱਕ ਕੋਈ ਚੀਜ਼ ਨੂੰ ਦੇਖਣ ਦਾ ਲੋੜ ਨਹੀਂ ਹੈਗੀ। ਮੈਂ ਫਕੀਰਾ ਸਪਰੇਅ ਕਰੀ ਸੀ ਗੁੱਲੀ ਡੰਡੇ ਵਾਸਤੇ, ਪਰ ਸਾਲ ਨਾਲੋਂ ਮੇਰਾ 2 ਕੁਇੰਟਲ ਝਾੜ ਵੱਧ ਰਿਹਾ ਐਤਕੀ। ਵੀ ਹਰਿਕ ਵੀਰ ਇਹੀ ਦਵਾਈ ਇੱਕ ਵਾਰ ਤਜਰਬਾ ਵਰਤ ਕੇ ਦੇਖੋ ਜ਼ਰੂਰ। ਮੈਂ ਇਸ ਸਾਲ ਫਕੀਰਾ ਦੀ ਸਪਰੇਅ ਕਰੀ ਸੀ 15 ਏਕੜ ਦੇ ਵਿੱਚ, ਜਿਸ ਦਾ ਕਿ ਰਿਜ਼ਲਟ ਬਹੁਤ ਵਧੀਆ ਨਿਕਲਿਆ। ਗੁੱਲੀ ਡੰਡਾ ਬਿਲਕੁਲ ਨਹੀਂ ਹੋਇਆ, ਕਣਕ ਮੇਰੇ ਖੇਤ ਬਿਲਕੁਲ ਸਾਫ਼ ਸੀਗੇ। ਜਿਵੇਂ ਕਿ ਲਾਸਟ ਟਾਈਮ ਪਿਛਲੇ ਸਾਲ ਵਿੱਚ ਬਹੁਤ ਜ਼ਿਆਦਾ ਗੁੱਲੀ ਡੰਡਾ ਸੀਗਾ, ਫਸਲ ਬਹੁਤ ਵਧੀਆ ਹੋਈ ਹੈ ਅਤੇ ਗੁੱਲੀ ਡੰਡਾ ਬਿਲਕੁਲ ਨਹੀਂ, ਝਾੜ ਵੀ ਦੇਖਣ ਨੂੰ ਟਰਾਲੀ 'ਚ ਐਂ ਲੱਗਦਾ ਵੀ ਪਿਛਲੇ ਸਾਲ ਨਾਲੋਂ ਵੱਧ ਹੈ। ਦਾਣਾ ਬਹੁਤ ਵਧੀਆ ਸਾਫ਼ ਸੁਥਰਾ ਹੈ।